ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਅਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਦੋਸਤੋ, ਤੁਹਾਨੂੰ ਇੱਕ ਆਡੀਓ ਸੁਣਾਉਣਾ ਚਾਹੁੰਦਾ। ਉਸ ਆਡੀਓ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਇਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਔਰ ਸਿਮਰਨਪ੍ਰੀਤ ਸਿੰਘ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ, ਉਹ ਕਹਿ ਰਹੇ ਨੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮਹਾਰਾਣੀ ਪ੍ਰਨੀਤ ਤੱਕ ਇਹ ਵੀਡੀਓ ਪਹੁੰਚ ਸਕੇ। ਆਖਰ ਉਸ ਆਡੀਓ ਦੇ ਵਿੱਚ ਅਜਿਹਾ ਕੀ ਹੈ, ਆਪਾਂ ਵੇਖਦੇ ਹਾਂ ਪੂਰੀ ਦੀ ਪੂਰੀ ਵੀਡੀਓ। ਜੀ, ਮੈਂ ਤੁਹਾਡਾ ਆਪਣਾ ਸਿਮਰਨਪ੍ਰੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ, ਯੂਥ ਵਿੰਗ ਆਮ ਆਦਮੀ ਪਾਰਟੀ। ਪਿਛਲੀ ਕਾਂਗਰਸ ਸਰਕਾਰ ਨੇ ਲਗਾਤਾਰ ਲੋਕਾਂ ਨੂੰ 5 ਸਾਲ ਕੁੱਟਿਆ ਅਤੇ ਲੁੱਟਿਆ। ਇਸੀ ਤਰ੍ਹਾਂ ਉਹਨਾਂ ਦੇ ਮੰਤਰੀ ਅਤੇ ਵਿਧਾਇਕ ਅੱਜ ਦਿਨ ਪ੍ਰਤੀ ਦਿਨ ਜੇਲ੍ਹਾਂ ਵਿੱਚ ਜਾ ਰਹੇ ਨੇ। ਅੱਜ ਗੱਲ ਕਰਦੇ ਹਾਂ ਪਟਿਆਲਾ ਸ਼ਹਿਰੀ ਦੀ, ਜਿੱਥੋਂ ਦੀ ਵਿਧਾਇਕ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ, ਐਮ ਪੀ ਉਹਨਾਂ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਸੀ ਅਤੇ 59 ਐਮ ਸੀ ਉਹਨਾਂ ਦੀ ਪਾਰਟੀ ਤੋਂ ਜਿੱਤੇ ਸੀ। ਉਹਨਾਂ ਐਮ ਸੀਆਂ ਨੇ ਲੋਕਾਂ ਦਾ ਲਗਾਤਾਰ 5 ਸਾਲ ਖੂਨ ਚੂਸਿਆ। ਜਿਹੜੇ ਲੋਕ ਸਧਾਰਨ ਸਕੂਟਰਾਂ ਦੇ ਉੱਤੇ ਘੁੰਮਿਆ ਕਰਦੇ ਸੀ, ਅੱਜ ਉਹ ਲੋਕ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮ ਰਹੇ ਨੇ। ਜਿਹੜੇ ਲੋਕਾਂ ਕੋਲ ਕੁਛ ਕੰਮ ਨਹੀਂ ਹੋਇਆ ਕਰਦੇ ਸੀ, ਅੱਜ ਉਹ ਫੈਕਟਰੀਆਂ ਲਗਾ ਕੇ ਬੈਠੇ ਨੇ। ਇਹ ਗੱਲ ਲਗਾਤਾਰ ਅਸੀਂ ਤਾਂ 5 ਸਾਲ ਕਹਿੰਦੇ ਹੀ ਰਹੇ ਕਿ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਵੱਡਾ ਖੋਰਾ ਇਹਨਾਂ ਕਾਂਗਰਸੀਆਂ ਨੇ ਲਗਾਇਆ ਹੈ। ਇਸ ਵਿੱਚ ਮੌਜੂਦਾ ਮੇਅਰ ਸੰਜੀਵ ਬਿੱਟੂ ਜੀ ਅਤੇ ਉਹਨਾਂ ਦੇ ਬੰਦਿਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਅੱਜ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੌਜੂਦਾ ਪੀ ਐੱਲ ਸੀ ਦੇ ਪ੍ਰਧਾਨ ਕੇ ਕੇ ਮਲਹੋਤਰਾ ਜੀ ਇਹ ਕਹਿ ਰਹੇ ਨੇ ਕਿ ਵਾਰਡ ਨੰਬਰ 54 ਦੇ ਮੌਜੂਦਾ ਐਮ ਸੀ ਵਿਜੇ ਕੁੱਕਾ ਜੀ ਉਹੀ ਸਾਰਾ ਕੰਮ 2 ਨੰਬਰ ਦਾ ਪਟਿਆਲੇ ਦੇ ਵਿੱਚ ਕਰ ਰਹੇ ਨੇ। ਅਸੀਂ ਤਾਂ ਕਹਿੰਦੇ ਹੀ ਰਹੇ, ਅੱਜ ਉਹਨਾਂ ਦੇ ਆਪਣੇ ਬੰਦੇ ਵੀ ਕਹਿ ਰਹੇ ਨੇ, ਔਰ ਚਾਹੇ ਉਹ ਕੰਮ ਟਾਈਲਾਂ ਦੀ ਫੈਕਟਰੀ ਦਾ ਹੋਵੇ ਜਾਂ ਹੋਰ ਅਨੇਕਾਂ ਤਰ੍ਹਾਂ ਦੇ ਸੱਟੇ ਦਾ ਕੰਮ ਹੋਵੇ, ਨਜਾਇਜ਼ ਸ਼ਰਾਬ ਦਾ ਹੋਵੇ ਜਾਂ ਕਈ ਤਰ੍ਹਾਂ ਦੇ ਕੰਮ ਹੋਣ, ਇਹ ਸਾਰੇ ਕੰਮ ਇਹਨਾਂ ਲੋਕਾਂ ਨੇ ਹੀ ਕੀਤੇ ਆ, ਇਹਨਾਂ ਐਮ ਸੀਆਂ ਦੁਆਰਾ ਹੀ ਕੀਤਾ ਗਿਆ। ਔਰ ਇਹ ਜਿਹੜੀ ਆਡੀਓ ਹੈ ਖਾਸ ਕਰ ਵਿਜੇ ਕੁੱਕਾ ਜੀ ਬਾਰੇ ਕਹਿ ਰਹੇ ਨੇ, ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ। ਕਿਸੇ ਤੋਂ ਆਪਾਂ ਪਾਰਟੀ ਦੇ ਕਿਸੇ ਸਟੇਜ ਆਈ ਜੀ ਨੇ ਪਵਾ ਕੇ ਅੱਗੇ ਸਿਰ ਦੱਸ ਸਕਦੇ ਮਾਰ ਨੂੰ ਵਿਜੇ ਕੁੱਕਾ ਐਮ ਸੀ ਬੁਲਾ ਕੇ ਆ ਤੇ ਸਾਡਾ ਲੱਗੇ ਵੀ ਆਪਾਂ ਕਰਾਈ ਤਾਂ ਐਮ ਸੀ ਬੁਲਾ ਕੇ ਆ ਵਿਜੇ ਕੁੱਕਾ ਬੁਲਾ ਕੇ ਆ ਵਿਜੇ ਕੁੱਕਾ ਐਮ ਸੀ ਤਾਣੇ ਨੂੰ ਪਤਾ ਲੱਗਣਾ ਚਾਹੀਦਾ ਦੱਸ ਜਿੱਤਾਂ ਨੂੰ ਬਦਲਾਉਣਾ ਚਾਹੀਦਾ ਤੇ ਸਾਡਾ ਚਲਦੇ ਚਲਦੇ ਗਰੁੱਪ ਚ ਪੈ ਜਾਵੇ ਚਲਦੇ ਚਲਦੇ ਪੈ ਜਾਵੇ ਭੈਣ ਤੋਂ ਇਹ ਵਿਜੇ ਕੁੱਕਾ ਬੁਲਾ ਕੇ ਆ। ਤੁਸੀਂ ਆਪ ਸੁਣੋ ਇਸ ਆਡੀਓ ਦੇ ਵਿੱਚ ਕੇ ਕੇ ਮਲਹੋਤਰਾ ਜੀ ਜੋ ਕਿ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਬੇਹੱਦ ਕਰੀਬੀ ਨੇ, ਉਹ ਇਹ ਕਹਿ ਰਹੇ ਨੇ ਕਿ ਵਿਜੇ ਕੁੱਕਾ ਜੀ ਸਭ ਤੋਂ ਵੱਧ ਬਲੈਕੀਏ ਨੇ ਔਰ ਸਭ ਤੋਂ ਵੱਧ 2 ਨੰਬਰ ਦੇ ਕੰਮ ਜਿਹੜੇ ਨੇ ਵਿਜੇ ਕੁੱਕਾ ਜੀ ਕਰ ਰਹੇ ਨੇ। ਮੈਂ ਵਿਜੇ ਕੁੱਕਾ ਜੀ ਨੂੰ ਔਰ ਕੇ ਕੇ ਮਲਹੋਤਰਾ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਇਕੱਲੇ ਵਿਜੇ ਕੁੱਕਾ ਜੀ ਨਹੀਂ, ਇਹ 59 ਦੇ 59 ਐਮ ਸੀਆਂ ਨੇ ਇਹੀ ਕੰਮ ਕੀਤਾ ਹੈ, ਚਾਹੇ ਨਜਾਇਜ਼ ਬਿਲਡਿੰਗਾਂ ਬਣਾਉਣ ਦਾ ਕੰਮ ਹੋਵੇ, ਚਾਹੇ ਨਜਾਇਜ਼ ਨਕਸ਼ੇ ਪਾਸ ਕਰਾਉਣ ਦਾ ਕੰਮ ਹੋਵੇ, ਸ਼ਹਿਰ ਦੇ ਵਿੱਚ ਇਲੀਗਲ ਦਾਰੂ ਵੇਚਣ ਦਾ ਕੰਮ ਹੋਵੇ, ਚਾਹੇ ਸੱਟਾ ਲਿਖਣ ਦਾ ਕੰਮ ਹੋਵੇ, ਇਹ ਸਾਰੇ ਕੰਮ ਇਹਨਾਂ ਲੋਕਾਂ ਨੇ ਹੀ ਕੀਤਾ ਹੈ। ਪਰ ਜਿਹੜੀ ਮੌਜੂਦਾ ਸਰਕਾਰ ਹੈ, ਖਾਸ ਕਰ ਪਟਿਆਲੇ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਜਦੋਂ ਦੇ MLA ਬਣੇ ਨੇ ਤਾਂ ਇਹਨਾਂ ਕੰਮਾਂ ਦੇ ਉੱਤੇ ਠੱਲ ਪਈ ਹੈ। ਜਿਹੜੇ ਲੋਕ ਅੱਜ ਵੀ ਕਿਸੇ ਤਰੀਕੇ ਇਹ ਗਲਤ ਕੰਮ ਕਰ ਰਹੇ ਨੇ, ਉਹਨਾਂ ਉੱਤੇ ਸਾਡੇ MLA ਸਾਹਿਬ ਦੀ ਪੂਰੀ ਅੱਖ ਹੈ ਔਰ ਜਲਦ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਉੱਤੇ ਸ਼ਿਕੰਜਾ ਕਸੇਗੀ ਔਰ ਇਹਨਾਂ ਕਾਂਗਰਸੀਆਂ ਉੱਤੇ ਵੀ ਕਸੇਗੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਪਟਿਆਲੇ ਦੇ ਲੋਕਾਂ ਦਾ ਖੂਨ ਚੂਸਿਆ ਹੈ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਜ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ।
फ्री रिलीफ पावर। कबज तो परेशान होने की हुण जरूरत नहीं है, कबज तो छुटकारा पाने लई आ गया कबज हर चूरन। कबज हर चूरन नू अपनाओ ते कबज तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।